ਹੈਲੋ ਐਵਰੀਵਨ, ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ GK ਗੁਰੂ ਜੀ 'ਤੇ। ਅੱਜ ਦੀ ਵੀਡੀਓ ਵਿੱਚ ਅਸੀਂ ਚਾਈਲਡ ਡਿਵੈਲਪਮੈਂਟ ਦੇ ਇੰਪੋਰਟੈਂਟ MCQ ਕਵਰ ਕਰਾਂਗੇ ਅਤੇ ਐਗਜ਼ਾਮ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਜ਼ਰੂਰ ਦੇਖਣਾ। ਐਗਜ਼ਾਮ ਵਿੱਚ ਤੁਹਾਨੂੰ ਇਸ ਵੀਡੀਓ 'ਚੋਂ ਕੁਐਸਚਨ ਦੇਖਣ ਨੂੰ ਜ਼ਰੂਰ ਮਿਲਣਗੇ। ਅਤੇ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ, ਕਰਦੇ ਹਾਂ ਅੱਜ ਦਾ ਪਹਿਲਾ ਕੁਐਸਚਨ ਸਟਾਰਟ। ਇੱਕੋ ਜਿਹੀਆਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਵਸਤੂਆਂ ਦਾ ਇਕੱਠਾ ਸਮੂਹ ਕਰਨ ਦੀ ਕਾਬਲੀਅਤ ਨੂੰ ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਸਿਧਾਂਤ ਅਨੁਸਾਰ ਕਿਹਾ ਜਾਂਦਾ ਹੈ। ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਇਕਣਿਕ ਕਰਨਾ, ਆਪਸ਼ਨ ਬੀ ਸਮਾਯੋਜਨ, ਆਪਸ਼ਨ ਸੀ ਵਰਗੀਕਰਨ, ਆਪਸ਼ਨ ਡੀ ਵਰਗ ਜਾਂ ਜਮਾਤ ਵਿੱਚ ਸ਼ਾਮਿਲ ਕਰਨਾ। ਇਸ ਕੁਐਸਚਨ ਦਾ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਸੀ, ਵਰਗੀਕਰਨ। ਦੂਜਾ ਕੁਐਸਚਨ, ਸਪੀਅਰਮੈਨ ਦੇ ਟੂ ਫੈਕਟਰ ਸਿਧਾਂਤ ਵਿੱਚ ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਇਸ ਫੈਕਟਰ ਨੂੰ ਪ੍ਰਭਾਸ਼ਿਤ ਕਰਦਾ ਹੈ? ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਸਪੈਸ਼ਲ ਫੈਕਟਰ, ਆਪਸ਼ਨ ਬੀ ਸੋਸ਼ਲ ਫੈਕਟਰ, ਆਪਸ਼ਨ ਸੀ ਸਪੈਸੀਫਿਕ ਫੈਕਟਰ, ਆਪਸ਼ਨ ਡੀ ਸਿਸਮੈਟਿਕ ਫੈਕਟਰ। ਇਸ ਕੁਐਸਚਨ ਦਾ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਸੀ। ਤੀਜਾ ਕੁਐਸਚਨ, ਬੁੱਧੀ ਦੇ ਮਲਟੀ ਫੈਕਟਰ ਸਿਧਾਂਤ ਦਾ ਵਿਆਖਿਆਤਾ ਕੌਣ ਸੀ? ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਈ.ਐਲ. ਥ੍ਰਾਂਡਿਕ, ਆਪਸ਼ਨ ਬੀ ਬੀ.ਐਫ. ਸਕਿਨਰ, ਆਪਸ਼ਨ ਸੀ ਜੀਨ ਪਿਆਜੇ, ਆਪਸ਼ਨ ਡੀ ਲੂਇਸ ਥ੍ਰਸਟੋਨ। ਇਸ ਕੁਐਸਚਨ ਦਾ ਸਹੀ ਆਂਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਏ। ਅਗਲਾ ਕੁਐਸਚਨ, ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਸਿਧਾਂਤ ਦਾ ਵਿਚਾਰ ਹੈ ਵਿਵਹਾਰ ਨੂੰ ਜਵਾਬਾਂ ਦੇ ਪੁਸ਼ਟੀਕਰਨ ਅਤੇ ਨਿਰੰਤਰ ਅਨੁਮਾਨਾਂ ਨਾਲ ਆਕਾਰ ਦਿੱਤਾ ਜਾਣਾ ਜਾ ਸਕਣਾ ਇੱਛਤ ਵਿਵਹਾਰ ਦੇ ਜ਼ਿਆਦਾ ਨਜ਼ਦੀਕ ਪਹੁੰਚਣ ਵਾਲਾ ਹੈ? ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਸਮਾਜਿਕ ਸਿਖਲਾਈ, ਆਪਸ਼ਨ ਬੀ ਯਾਂਤਰਿਕ ਅਨੁਕੂਲ, ਆਪਸ਼ਨ ਸੀ ਪਰੰਪਰਾਵਾਦਿਕ ਅਨੁਕੂਲ, ਆਪਸ਼ਨ ਡੀ ਓਪੋਰੈਂਟ ਅਨੁਕੂਲ। ਇਸ ਕੁਐਸਚਨ ਦਾ ਸਹੀ ਆਂਸਰ ਹੈਗਾ ਆਪਣੇ ਕੋਲ ਆਪਸ਼ਨ ਡੀ। ਨੰਬਰ ਪੰਜ, ਟ੍ਰੈਟ ਸਿਧਾਂਤ ਹੇਠ ਦਿੱਤਿਆਂ ਵਿੱਚੋਂ ਕਿਹੜੇ ਪੱਖ ਨਾਲ ਸੰਬੰਧਿਤ ਹਨ? ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਬੁੱਧੀ, ਆਪਸ਼ਨ ਬੀ ਤਰੱਕੀ ਅਤੇ ਵਿਕਾਸ, ਆਪਸ਼ਨ ਸੀ ਸ਼ਖਸੀਅਤ, ਆਪਸ਼ਨ ਡੀ ਰਚਨਾਤਮਕ। ਇਸ ਕੁਐਸਚਨ ਦਾ ਸਹੀ ਆਂਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਸੀ। ਨੈਕਸਟ ਕੁਐਸਚਨ, ਸਿੱਖਿਆ ਦੀ ਬਾਲਵਾੜੀ ਪ੍ਰਣਾਲੀ ਦਾ ਅਰਥ ਛੋਟੇ ਬੱਚਿਆਂ ਦਾ ਬਾਗ, ਇਹ ਧਾਰਨਾ ਹੇਠ ਦਿੱਤਿਆਂ ਵਿੱਚੋਂ ਕਿਸਨੇ ਦਿੱਤੀ ਸੀ? ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਨੰਬਰ ਏ ਜੌਨ ਡੀਵੀ, ਆਪਸ਼ਨ ਬੀ ਫ੍ਰੀਡਰਿਕ ਫਰੋਬਲ, ਆਪਸ਼ਨ ਸੀ ਪਲਾਟੋ, ਆਪਸ਼ਨ ਡੀ ਹਰਬਰਟ ਸਪੈਨਰ। ਇਸ ਕੁਐਸਚਨ ਦਾ ਸਹੀ ਆਂਸਰ ਹੈਗਾ ਆਪਣੇ ਕੋਲ ਆਪਸ਼ਨ ਬੀ। ਨੈਕਸਟ ਕੁਐਸਚਨ ਹੈਗਾ ਆਪਣੇ ਕੋਲ, ਪਿਆਜੇ ਸਿਧਾਂਤ ਵਿੱਚ ਪ੍ਰੀ ਓਪਰੇਸ਼ਨਲ ਪੱਧਰ ਪ੍ਰੀ ਓਪਰੇਸ਼ਨਲ ਕਹਾਉਂਦਾ ਹੈ ਕਿਉਂਕਿ? ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਬੱਚੇ ਪੂਰਵ ਦ੍ਰਿੜ ਹਨ, ਆਪਸ਼ਨ ਬੀ ਬੱਚਿਆਂ ਨੇ ਹਾਲੇ ਤੱਕ ਮਾਨਸਿਕ ਕਿਰਿਆਵਾਂ ਕਰਨ ਦੀ ਸਮਰੱਥਾ ਵਿੱਚ ਮਹਾਰਤਾ ਹਾਸਲ ਨਹੀਂ ਕੀਤੀ, ਆਪਸ਼ਨ ਸੀ ਬੱਚੇ ਪੂਰਵ ਨਿਯੋਜਿਤ ਹਨ, ਆਪਸ਼ਨ ਡੀ ਉਪਰੋਕਤ ਸਾਰੇ। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ, ਕਿਸ ਨੇ ਮਨੁੱਖੀ ਵਿਵਹਾਰ ਅਤੇ ਵਿਕਾਸ ਦੀ ਵਾਤਾਵਰਣ ਵਿੱਚ ਇਨਾਮ ਅਤੇ ਦੰਡ ਅਤੇ ਪ੍ਰਤੀਕਿਰਿਆ ਦੀ ਪ੍ਰਕਿਰਿਆ ਦੇ ਤੌਰ 'ਤੇ ਵਿਆਖਿਆ ਕੀਤੀ ਸੀ? ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਜੀਨ ਪਿਆਜੇ, ਆਪਸ਼ਨ ਬੀ ਜੌਨ ਵਾਟਸਨ, ਆਪਸ਼ਨ ਸੀ ਬੀ.ਐਫ. ਸਕਿਨਰ, ਆਪਸ਼ਨ ਡੀ ਉਪਰੋਕਤ ਕੋਈ ਨਹੀਂ। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਸੀ। ਨੈਕਸਟ ਕੁਐਸਚਨ, ਸੰਮਿਲਨ ਇਹ ਸ਼ਾਮਿਲ ਕਰਨਾ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ? ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਵਿਭਿੰਨਤਾ ਦਾ ਅਭਿਨੰਦਨ, ਆਪਸ਼ਨ ਬੀ ਸਕੂਲ ਵਿੱਚ ਬੱਚੇ ਜੋ ਵਾਂਝਾ ਮਹਿਸੂਸ ਕਰਦੇ ਹਨ, ਆਪਸ਼ਨ ਸੀ ਸਿਰਫ ਵਾਂਝਾ 'ਤੇ ਕੇਂਦਰ ਨਾ ਕਰਕੇ ਸਾਰੇ ਸਿੱਖਿਆਰਥੀਆਂ ਨੂੰ ਲਾਭ ਪਹੁੰਚਾਉਣਾ, ਆਪਸ਼ਨ ਡੀ ਸਿਰਫ ਪਰੰਪਰਾਗਤ ਵਾਲੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਡੀ। ਨੈਕਸਟ ਕੁਐਸਚਨ, ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਉਮਰ ਸਮੂਹ ਵਿੱਚ ਬੱਚਿਆਂ ਦੀ ਵਰਨ WBTFGN ਬੋਲਣ ਦੀ ਸਮਰੱਥਾ ਪੂਰਨ ਵਿਕਸਿਤ ਹੁੰਦੀ ਹੈ? ਚਾਰ ਆਪਸ਼ਨ ਨੇ ਆਪਣੇ ਕੋਲ, 12 ਤੋਂ 18 ਮਹੀਨੇ, 24 ਤੋਂ 26 ਮਹੀਨੇ, 18 ਤੋਂ 24 ਮਹੀਨੇ, ਆਪਸ਼ਨ ਡੀ 3 ਤੋਂ 5 ਸਾਲ। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਡੀ, 3 ਤੋਂ 5 ਸਾਲ। ਨੈਕਸਟ ਕੁਐਸਚਨ, ਗੈਟਸ ਦੇ ਅਨੁਸਾਰ ਅਧਿਐਨ ਦਾ ਸਭ ਤੋਂ ਢੁਕਵਾਂ ਅਰਥ ਹੈ? ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ
ਸਿੱਖਿਆ ਦਾ ਗ੍ਰਹਿਣ, ਆਪਸ਼ਨ ਬੀ ਅਨੁਭਵ ਅਤੇ ਸਿਖਲਾਈ ਦੁਆਰਾ ਵਿਵਹਾਰ ਦਾ ਸੁਧਾਰ, ਆਪਸ਼ਨ ਸੀ ਵਿਅਕਤੀਗਤ ਵਿਵਸਥਾ, ਆਪਸ਼ਨ ਡੀ ਨਿਪੁੰਨਤਾ ਦੀ ਪ੍ਰਾਪਤੀ। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ ਹੈ, ਸਿੱਖਿਆ ਜਿਹੜੀ ਬੱਚਾ ਪਰਿਵਾਰ ਵਿੱਚ ਪ੍ਰਾਪਤ ਕਰਦਾ ਹੈ। ਚਾਰ ਆਪਸ਼ਨ ਨੇ ਆਪਣੇ ਕੋਲ, ਏ ਰਸਮੀ, ਬੀ ਗੈਰ ਰਸਮੀ, ਸੀ ਬੇਰਸਮੀ, ਡੀ ਅਰਧ ਰਸਮੀ। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ, ਇੱਕ 20 ਸਾਲਾ ਲੜਕੇ ਜਿਸ ਦੀ ਮਾਨਸਿਕ ਉਮਰ 15 ਸਾਲ ਦਾ ਹੈ ਦਾ ਕੀ ਹੋਵੇਗਾ। ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਨੰਬਰ ਏ 64, ਆਪਸ਼ਨ ਬੀ 75, ਆਪਸ਼ਨ ਸੀ 80, ਆਪਸ਼ਨ ਡੀ 100। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ, ਸਮਾਜਿਕ ਉਸਾਰੂ ਸਿਧਾਂਤ ਅਨੁਸਾਰ ਸਕੈਫੋਲਡਿੰਗ ਤੋਂ ਭਾਵ ਹੈ। ਚਾਰ ਆਪਸ਼ਨ ਨੇ ਆਪਣੇ ਕੋਲ, ਸਿਮੂਲੇਸ਼ਨ ਅਧਿਆਪਨ, ਆਪਸ਼ਨ ਬੀ ਪਹਿਲੀ ਸਿੱਖਿਆ ਦੀ ਦੁਹਰਾਈ, ਆਪਸ਼ਨ ਸੀ ਬਾਲਗਾਂ ਦੁਆਰਾ ਸਿਖਲਾਈ ਵਿੱਚ ਸਾਧਨ, ਆਪਸ਼ਨ ਡੀ ਵਿਦਿਆਰਥੀਆਂ ਦੁਆਰਾ ਕੀਤੀਆਂ ਗਲਤੀਆਂ ਦੇ ਕਾਰਨ ਦਾ ਪਤਾ ਲਗਾਉਣਾ। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਸੀ। ਨੈਕਸਟ ਕੁਐਸਚਨ, ਪਿਆਜੇ ਅਨੁਸਾਰ ਸੰਵੇਦਕ ਮੋਟਰ ਅਨੁਕੂਲਨ ਦਾ ਕਾਲ ਹੈ। ਚਾਰ ਆਪਸ਼ਨ ਨੇ ਆਪਣੇ ਕੋਲ, 1 ਤੋਂ 3 ਸਾਲ, 0 ਤੋਂ 2 ਸਾਲ, ਆਪਸ਼ਨ ਸੀ 3 ਤੋਂ 5 ਸਾਲ, ਆਪਸ਼ਨ ਡੀ 4 ਤੋਂ 6 ਸਾਲ। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ, ਅਧਿਆਪਕਾਂ ਅਤੇ ਵਿਚਾਰਕਾਂ ਦੇ ਅਨੁਭਵਾਂ ਤੋਂ ਬਣੇ ਪ੍ਰਭਾਵਸ਼ਾਲੀ ਅਧਿਐਨ ਦੇ ਨਿਯਮ ਕਾ ਹੁੰਦੇ ਹਨ। ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਅਧਿਆਪਨ ਦਾ ਢੰਗ, ਆਪਸ਼ਨ ਬੀ ਅਧਿਆਪਨ ਦੇ ਸੂਤਰ, ਆਪਸ਼ਨ ਸੀ ਅਧਿਆਪਨ ਦੀਆਂ ਵਿਧੀਆਂ, ਆਪਸ਼ਨ ਡੀ ਅਧਿਆਪਨ ਨੀਤੀਆਂ। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ, ਪ੍ਰਾਇਮਰੀ ਸਕੂਲ ਵਿਦਿਆਰਥੀ ਇਸ ਵਾਤਾਵਰਣ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣਗੇ। ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਜਿੱਥੇ ਉਹਨਾਂ ਦੀਆਂ ਭਾਵਨਾਤਮਕ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਅਤੇ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਮੁੱਲ ਹੈ, ਆਪਸ਼ਨ ਬੀ ਜਿੱਥੇ ਅਧਿਆਪਕ ਅਧਿਕਾਰਕ ਹੈ ਅਤੇ ਸਪਸ਼ਟ ਦੱਸਦਾ ਹੈ ਕਿ ਕੀ ਕੀਤਾ ਜਾਣਾ ਚਾਹੀਦਾ ਹੈ, ਆਪਸ਼ਨ ਸੀ ਜਿੱਥੇ ਕੇਂਦਰ ਅਤੇ ਜ਼ੋਰ ਮੁੱਢਲੇ ਤੌਰ 'ਤੇ ਸਿਰਫ ਪੜ੍ਹਨ ਲਿਖਣ ਅਤੇ ਗਣਿਤ ਦੀਆਂ ਬੌਧਿਕ ਨਿਪੁੰਨਤਾਵਾਂ ਵਿੱਚ ਮਹਾਰਤ ਹਾਸਿਲ ਕਰਨ 'ਤੇ ਹੁੰਦਾ ਹੈ, ਆਪਸ਼ਨ ਡੀ ਜਿੱਥੇ ਅਧਿਆਪਕ ਸਾਰੀ ਸਿਖਲਾਈ ਦੀ ਅਗਵਾਈ ਕਰਦਾ ਹੈ ਅਤੇ ਵਿਦਿਆਰਥੀਆਂ ਤੋਂ ਉਦਾਸੀਨ ਭੂਮਿਕਾ ਦੀ ਉਮੀਦ ਕਰਦਾ ਹੈ। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਹੈ ਆਪਸ਼ਨ ਨੰਬਰ ਏ। ਨੈਕਸਟ ਕੁਐਸਚਨ, ਇੱਕ 8 ਸਾਲਾ ਬੱਚੀ ਵਿੱਚ ਅਸੀਮ ਖੇਡ ਕਾਬਲੀਅਤ ਹੈ। ਉਸਦੇ ਪਿਤਾ ਮਾਤਾ ਖਿਡਾਰੀ ਹਨ ਅਤੇ ਹਰ ਰੋਜ਼ ਉਸਨੂੰ ਕੋਚਿੰਗ ਲਈ ਭੇਜਦੇ ਹਨ ਅਤੇ ਹਫ਼ਤੇ ਦੇ ਅਖੀਰ 'ਤੇ ਉਸਨੂੰ ਸਿਖਲਾਈ ਦਿੰਦੇ ਹਨ। ਉਸ ਦੀਆਂ ਸਮਰੱਥਾਵਾਂ ਇਹਨਾਂ ਵਿਚਕਾਰ ਪਰਸਪਰ ਅਸਰ ਦਾ ਸਿੱਟਾ ਹੈ। ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਅਨੁਵੰਸ਼ਕੀ ਜਾਂ ਜੱਦੀ ਅਤੇ ਵਾਤਾਵਰਣ, ਆਪਸ਼ਨ ਬੀ ਅਨੁਸ਼ਾਸਨ ਅਤੇ ਪੋਸ਼ਣ, ਆਪਸ਼ਨ ਸੀ ਤਰੱਕੀ ਅਤੇ ਵਿਕਾਸ, ਆਪਸ਼ਨ ਡੀ ਸਿਹਤ ਅਤੇ ਸਿਖਲਾਈ। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਏ। ਨੈਕਸਟ ਕੁਐਸਚਨ, ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਸਮਾਜੀਕਰਨ ਦੇ ਗੁਣ ਏਜੰਟ ਹਨ? ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਪਰਿਵਾਰ ਅਤੇ ਗੁਆਂਢ, ਆਪਸ਼ਨ ਬੀ ਸਕੂਲ ਅਤੇ ਗੁਆਂਢ, ਆਪਸ਼ਨ ਸੀ ਸਕੂਲ ਅਤੇ ਤਤਕਾਲੀ ਪਰਿਵਾਰਕ ਸਦੱਸਿਆ, ਆਪਸ਼ਨ ਡੀ ਪਰਿਵਾਰ ਅਤੇ ਰਿਸ਼ਤੇਦਾਰ। ਇਸ ਕੁਐਸਚਨ ਦਾ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ, ਲੀਵ ਵੀਗੋਸਟਕੀ ਅਨੁਸਾਰ ਬੌਧਿਕ ਵਿਕਾਸ ਦਾ ਮੁੱਢਲਾ ਕਾਰਨ ਹੈ? ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਸੰਤੁਲਨ ਕਰਨਾ, ਆਪਸ਼ਨ ਬੀ ਸਮਾਜਿਕ ਪਰਸਪਰ ਪ੍ਰਭਾਵ, ਆਪਸ਼ਨ ਸੀ ਮਾਨਸਿਕ ਯੋਜਨਾਵਾਂ ਦੀ ਵਿਵਸਥਾ, ਆਪਸ਼ਨ ਡੀ ਉਤਸਾਹ ਪ੍ਰਤੀਕਿਰਿਆ ਜੋੜ। ਇਸ ਕੁਐਸਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ, ਇੱਕ ਵਿਕਾਸਸ਼ੀਲ ਕਲਾਸਰੂਮ ਸੈਟਅਪ ਵਿੱਚ ਅਧਿਆਪਕ ਸਿਖਲਾਈ ਨੂੰ ਇੱਕ ਅਜਿਹਾ ਵਾਤਾਵਰਣ ਪ੍ਰਦਾਨ ਕਰਕੇ ਵਧਾਉਂਦਾ ਹੈ ਜਿਹੜਾ? ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਖੋਜ ਨੂੰ ਪ੍ਰੋਤਸਾਹਨ ਦਿੰਦਾ ਹੈ,
ਆਪਸ਼ਨ ਬੀ ਬੰਦਿਸ਼ ਹੈ, ਆਪਸ਼ਨ ਸੀ ਸੰਮੇਲਨ ਨੂੰ ਨਿਰਉਤਸ਼ਾਹਿਤ ਕਰਦਾ ਹੈ, ਆਪਸ਼ਨ ਡੀ ਦੁਰਹਾਈ ਨੂੰ ਉਤਸ਼ਾਹਿਤ ਕਰਦਾ ਹੈ। ਇਸ ਕੁਸ਼ਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਏ। ਨੈਕਸਟ ਕੁਸ਼ਚਨ, ਇੱਕ 5 ਸਾਲਾ ਬੱਚਾ ਟੀ ਸ਼ਰਟ ਤਹਿ ਕਰਨ ਦੀ ਕੋਸ਼ਿਸ਼ ਕਰਨ ਦੌਰਾਨ ਆਪਣੇ ਆਪ ਨੂੰ ਨਾਲ ਗੱਲ ਕਰਦਾ ਹੈ, ਲੜਕੇ ਦੁਆਰਾ ਦਿਖਾਏ ਗਏ ਵਿਵਹਾਰ ਅਤੇ ਸੰਦਰਭ ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਚਾਰ ਆਪਸ਼ਨ ਨੇ, ਆਪਸ਼ਨ ਏ ਜੀਨ ਪਿਆਜੇ ਅਤੇ ਲੀਵ ਵਿਗੋਸਟਕੀ ਇਸ ਨੂੰ ਬੱਚੇ ਦੇ ਵਿਵਹਾਰ ਦੇ ਅਪਕੇਂਦਰਿਕ ਸੁਭਾਅ ਦੇ ਤੌਰ 'ਤੇ ਵਰਣਨ ਕਰਨਗੇ। ਆਪਸ਼ਨ ਬੀ ਜੀਨ ਪਿਆਜੇ ਇਸ ਦਾ ਸਵੈ ਕੇਂਦਰਿਤ ਗੱਲ ਦੇ ਤੌਰ 'ਤੇ ਵਰਣਨ ਕਰੇਗਾ, ਜਦਕਿ ਲੀਵ ਵਿਗੋਸਟਕੀ ਇਸ ਬੱਚੇ ਨੂੰ ਨਿੱਜੀ ਗੱਲ ਰਾਹੀਂ ਉਸਦੇ ਕੰਮਾਂ ਨੂੰ ਨਿਯੋਜਿਤ ਕਰਨ ਦੇ ਤੌਰ 'ਤੇ ਵਰਣਨ ਕਰੇਗਾ। ਆਪਸ਼ਨ ਸੀ ਜ਼ੀਨ ਪਿਆਜੇ ਇਸ ਦਾ ਸਮਾਜਿਕ ਪਰਸਪਰ ਪ੍ਰਭਾਵ ਦੇ ਤੌਰ 'ਤੇ ਵਰਣਨ ਕਰੇਗਾ, ਜਦਕਿ ਲੀਵ ਵਿਗੋਸਟਕੀ ਇਸ ਦਾ ਖੋਜ ਪੜਤਾਲ ਦੇ ਤੌਰ 'ਤੇ। ਇਸ ਕੁਸ਼ਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਹੈ ਆਪਸ਼ਨ ਨੰਬਰ ਬੀ। ਹੇਠਲੀਆਂ ਜਮਾਤਾਂ ਵਿੱਚ ਅਧਿਆਪਨ ਦਾ ਪਲਵੇ ਢੰਗ ਆਧਾਰਿਤ ਹੈ। ਚਾਰ ਆਪਸ਼ਨ ਨੇ, ਆਪਸ਼ਨ ਏ ਸਰੀਰਕ ਸਿੱਖਿਆ ਪ੍ਰੋਗਰਾਮ ਦੇ ਸਿਧਾਂਤ 'ਤੇ, ਆਪਸ਼ਨ ਬੀ ਅਧਿਆਪਨ ਦੀਆਂ ਵਿਧੀਆਂ ਦੇ ਸਿਧਾਂਤ 'ਤੇ, ਆਪਸ਼ਨ ਸੀ ਵਿਕਾਸ ਅਤੇ ਤਰੱਕੀ ਦੇ ਮਨੋਵਿਗਿਆਨਿਕ ਸਿਧਾਂਤਾਂ 'ਤੇ, ਆਪਸ਼ਨ ਡੀ ਅਧਿਆਪਨ ਦੇ ਸਮਾਜਿਕ ਸਿਧਾਂਤ 'ਤੇ। ਇਸ ਕੁਸ਼ਚਨ ਦਾ ਸਹੀ ਆਂਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਸੀ। ਨੈਕਸਟ ਕੁਸ਼ਚਨ, ਦ੍ਰਿਸ਼ਟੀ ਘਾਟ ਵਾਲੇ ਚੌਥੀ ਜਮਾਤ ਦੇ ਇੱਕ ਲੜਕੇ ਨੂੰ ਡੈਸ਼, ਚਾਰ ਆਪਸ਼ਨ ਨੇ ਆਪਣੇ ਕੋਲ, ਕੰਮ ਦਾ ਹੇਠਲਾ ਪੱਧਰ ਕਰਨ ਲਈ ਕੱਢ ਦੇਣਾ ਚਾਹੀਦਾ ਹੈ। ਆਪਸ਼ਨ ਬੀ ਉਸ ਦੇ ਨਿਯਮਤ ਕੰਮਾਂ ਵਿੱਚ ਮਾਤਾ ਪਿਤਾ ਅਤੇ ਦੋਸਤਾਂ ਦੁਆਰਾ ਮਦਦ ਦੇਣੀ ਚਾਹੀਦੀ ਹੈ। ਆਪਸ਼ਨ ਸੀ ਜਮਾਤ ਵਿੱਚ ਸਧਾਰਨ ਢੰਗ ਨਾਲ ਵਤੀਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਆਡੀਓ ਸੀ ਡੀ ਰਾਹੀਂ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ। ਆਪਸ਼ਨ ਡੀ ਜਮਾਤ ਵਿੱਚ ਵਿਸ਼ੇਸ਼ ਵਿਵਹਾਰ ਹੋਣਾ ਚਾਹੀਦਾ ਹੈ। ਇਸ ਕੁਸ਼ਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਹੈ ਆਪਸ਼ਨ ਨੰਬਰ ਸੀ। ਨੈਕਸਟ ਕੁਸ਼ਚਨ, ਸਿੱਖਿਆ ਦੇ ਇਨਸਾਈਟ ਸਿਧਾਂਤ ਦਾ ਸਭ ਤੋਂ ਪਹਿਲਾਂ ਪ੍ਰਤਿਪਾਦਨ ਕੀਤਾ ਗਿਆ ਸੀ, ਚਾਰ ਆਪਸ਼ਨ ਨੇ ਆਪਣੇ ਕੋਲ, ਵੁਲਫ ਗੈਗ ਕੋਹਲਰ ਦੁਆਰਾ, ਆਪਸ਼ਨ ਬੀ ਬੀ ਐਫ ਸਕਿਨਰ ਦੁਆਰਾ, ਆਪਸ਼ਨ ਸੀ ਜ਼ੀਰੋਮ ਬਨੂਰ ਦੁਆਰਾ, ਆਪਸ਼ਨ ਡੀ ਜ਼ੀਨ ਪਿਆਜੇ ਦੁਆਰਾ। ਇਸ ਕੁਸ਼ਚਨ ਦਾ ਸਹੀ ਆਂਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਏ। ਨੈਕਸਟ ਕੁਸ਼ਚਨ, ਵਿਕਾਸ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ, ਇਹ ਵਿਚਾਰ ਸੰਬੰਧਿਤ ਹੈ, ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਪਰਸਪਰ ਸੰਬੰਧ ਦੇ ਨਾਲ, ਪਰਸਪਰ ਸੰਬੰਧ ਦੇ ਸਿਧਾਂਤ ਨਾਲ, ਆਪਸ਼ਨ ਬੀ ਨਿਰੰਤਰਤਾ ਦੇ ਸਿਧਾਂਤ ਨਾਲ, ਨੰਬਰ ਸੀ ਏਕੀਕਰਨ ਦੇ ਸਿਧਾਂਤ ਨਾਲ, ਨੰਬਰ ਡੀ ਪਰਸਪਰ ਪ੍ਰਭਾਵ ਦੇ ਸਿਧਾਂਤ ਨਾਲ। ਇਸ ਕੁਸ਼ਚਨ ਦਾ ਸਹੀ ਆਂਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਬੀ। ਨੈਕਸਟ ਕੁਸ਼ਚਨ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਿੱਖਿਆਰਥੀ ਵਿੱਚ ਰਚਨਾਤਮਕ ਨੂੰ ਵਧਾਏਗਾ, ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦਾ ਪ੍ਰਯੋਗੀ ਮੁੱਲ ਪਾਉਣਾ, ਆਪਸ਼ਨ ਬੀ ਹਰੇਕ ਸਿੱਖਿਆਰਥੀ ਨੂੰ ਪ੍ਰਸ਼ਨ ਪੁੱਛਣ ਅਤੇ ਅੰਦਰੂਨੀ ਪ੍ਰਤਿਭਾ ਵਿੱਚ ਨਿਖਾਰ ਦੇ ਅਵਸਰ ਪ੍ਰਦਾਨ ਕਰਨਾ, ਆਪਸ਼ਨ ਸੀ ਸਕੂਲ ਜੀਵਨ ਦੇ ਆਰੰਭ ਤੋਂ ਹੀ ਪ੍ਰਾਪਤੀ ਉਦੇਸ਼ਾਂ 'ਤੇ ਜ਼ੋਰ ਦੇਣਾ, ਆਪਸ਼ਨ ਡੀ ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਚੰਗੇ ਅੰਕਾਂ ਲਈ ਕੋਚਿੰਗ ਦੇਣਾ। ਇਸ ਕੁਸ਼ਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਬੀ। ਨੈਕਸਟ ਕੁਸ਼ਚਨ, ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਗੁਣਵਾਨ ਸਿੱਖਿਆਰਥੀ ਦੀ ਇੱਕ ਵਿਸ਼ੇਸ਼ਤਾ ਹੈ, ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਉਹ ਆਕਰਮਕਸ਼ੀਲ ਅਤੇ ਖਿੜਿਆ ਮਹਿਸੂਸ ਕਰਦਾ ਹੈ, ਆਪਸ਼ਨ ਬੀ ਜੇਕਰ ਜਮਾਤ ਕਿਰਿਆਵਾਂ ਚੁਣੌਤੀਪੂਰਨ ਨਹੀਂ ਤਾਂ ਉਹ ਘੱਟੋ ਘੱਟ ਉਤਸ਼ਾਹਿਤ ਅਤੇ ਬੋਰ ਮਹਿਸੂਸ ਕਰ ਸਕਦਾ ਹੈ, ਆਪਸ਼ਨ ਸੀ ਉਹ ਬਹੁਤ ਅਧਿਕ ਮਿਜਾਜ਼ੀ ਹੈ, ਆਪਸ਼ਨ ਡੀ ਉਹ ਹੱਥ ਲਹਿਰਾਉਣ ਝੂਠ ਝੂਲਣ ਆਦਿ ਵਿਵਹਾਰ ਵਿੱਚ ਲੱਗਿਆ ਹੋਇਆ ਹੈ। ਇਸ ਕੁਸ਼ਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਬੀ। ਨੈਕਸਟ ਕੁਸ਼ਚਨ, ਡਿਸਲੈਕਸੀਆ ਸੰਬੰਧਿਤ ਹੈ, ਚਾਰ ਆਪਸ਼ਨ ਨੇ ਆਪਣੇ ਕੋਲ, ਆਪਸ਼ਨ ਏ ਮਾਨਸਿਕ ਗੜਬੜ ਨਾਲ, ਆਪਸ਼ਨ ਬੀ ਗਣਿਤਕ ਗੜਬੜ ਨਾਲ, ਆਪਸ਼ਨ ਸੀ ਪੜ੍ਹਨ ਗੜਬੜ ਨਾਲ, ਆਪਸ਼ਨ ਡੀ ਵਿਵਹਾਰ ਗੜਬੜ ਨਾਲ। ਇਸ ਕੁਸ਼ਚਨ ਦਾ ਆਪਣੇ ਕੋਲ ਸਹੀ ਆਂਸਰ ਹੈਗਾ ਆਪਸ਼ਨ ਨੰਬਰ ਸੀ।
नेक्स्ट क्वेश्चन, रॉबिन जेडी घर ज़्यादा नहीं बोलती, स्कूल विच बहुत बोलती है, ये दिखाउंदा है। चार ऑप्शन ने अपने कोल। ऑप्शन ए, स्कूल बच्चों नू काफ़ी ज़्यादा बोलने दे अवसर प्रदान करता है। ऑप्शन बी, अध्यापक मांग करते हैं कि बच्चों नू ज़्यादा बोलना चाहिए है। ऑप्शन सी, वो अपने घर नू बिल्कुल पसंद नहीं करती। ऑप्शन डी, उस दे विचार नू स्कूल विखे प्रवानगी प्राप्त होंदी है। इस क्वेश्चन का अपने को सही आंसर है ऑप्शन नंबर डी। तो अज की वीडियो इतें ही समाप्त करते हैं। जेकर तुहानू वीडियो पसंद आई है तो वीडियो नू लाइक करो ते ज़्यादा तो ज़्यादा शेयर करो। जेकर तुसी साडे चैनल ते नए हो तो चैनल सबसक्राइब करो ते नाल लगे बैल आइकन नू जरूर प्रेस करो ता जो साडी वीडियो दी नई नोटिफिकेशन है तुहानू टाइम नाल मिल सके। मिलते हैं नैक्सट वीडियो चे, तब तक लई टेक केयर।